ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਹੋਲਡਿੰਗ ਅਤੇ ਪੋਸਟਰ ਵਾਰ ਹੈ, ਲਗਾਤਾਰ ਜਾਰੀ ਹੈ। ਤਸਵੀਰਾਂ ਵੇਖ ਲਓ, ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਖੜ੍ਹੇ ਹਾਂ। ਇੱਥੇ ਸਭ ਤੋਂ ਪਹਿਲਾਂ ਤਸਵੀਰਾਂ 'ਚ ਨਜ਼ਰ ਆ ਰਿਹਾ ਅਕਾਲੀ ਦਲ ਵੱਲੋਂ ਲੱਗਿਆ ਹੋਇਆ ਕਾਫੀ ਵੱਡਾ ਹੋਲਡਿੰਗ ਹੈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੈ ਕਿ ਹੁਣ PGI ਚੰਡੀਗੜ੍ਹ ਜਾਣ ਦੀ ਲੋੜ ਨਹੀਂ, ਸਸਤਾ ਇਲਾਜ ਏਮਜ਼ ਬਠਿੰਡਾ ਦੇ ਵਿੱਚ ਮਿਲੇਗਾ। ਭਾਵੇਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਏਮਜ਼ ਬਠਿੰਡਾ ਦਾ ਕ੍ਰੈਡਿਟ ਹੈ, ਹਰਸਿਮਰਤ ਕੌਰ ਬਾਦਲ ਨੂੰ ਜਾਂਦਾ। ਇਸ ਤਰ੍ਹਾਂ ਦੇ ਹੋਲਡਿੰਗ ਨੇ ਸੜਕਾਂ 'ਤੇ ਅਕਸਰ ਤੁਹਾਨੂੰ ਨਜ਼ਰ ਆਉਣਗੇ। ਪਰ ਦੂਸਰੇ ਪਾਸੇ ਅਕਾਲੀ ਦਲ ਦੇ ਹੋਲਡਿੰਗ ਤੋਂ ਬਾਅਦ ਕਾਂਗਰਸ ਵੀ ਪਿੱਛੇ ਰਹਿਣ ਵਾਲੀ ਨਹੀਂ ਹੈ। ਕਾਂਗਰਸ ਵੱਲੋਂ ਵੀ ਆਪਦੀਆਂ ਗਰੰਟੀਆਂ ਦਾ ਵਿਖਾਨ ਕੀਤਾ ਜਾ ਰਿਹਾ। ਕਾਂਗਰਸ ਦੀ ਗਰੰਟੀ ਦੇਸ਼ ਦੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ, ਜਿਸ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ, ਅਮਰਿੰਦਰ ਸਿੰਘ ਰਾਜਾਵੜਿੰਗ ਨਜ਼ਰ ਆ ਰਹੇ ਨੇ। ਹਾਲਾਂਕਿ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਚੋਣ ਮਾਹੌਲ ਹੈ ਅੱਗੇ ਦੇ ਨਾਲੋਂ ਗਰਮ ਹੁੰਦਾ ਨਜ਼ਰ ਆ ਰਿਹਾ। ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਆਪਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ, ਪਰ ਹਜੇ ਤੱਕ ਅਕਾਲੀ ਦਲ ਵੱਲੋਂ ਵੀ ਹਰਸਿਮਰਤ ਕੌਰ ਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਧਰਮ ਪਤਨੀ ਦੇ ਅੰਦਾਜ਼ੇ ਲਾਏ ਜਾ ਰਹੇ ਕਿ ਬਠਿੰਡਾ ਤੋਂ ਚੋਣਾਂ ਲੜਨਗੇ। ਬੇਸ਼ੱਕ ਉਮੀਦਵਾਰਾਂ ਦਾ ਚਾਈਨ ਹੋਣਾ ਹਜੇ ਬਾਕੀ ਆ, ਪਰ ਉਸ ਤੋਂ ਪਹਿਲਾਂ ਹੋਲਡਿੰਗ ਅਤੇ ਪੋਸਟਰ ਦੀ ਵਾਰ ਹੈ ਬਠਿੰਡਾ ਦੇ ਵਿੱਚ ਨਜ਼ਰ ਆ ਰਹੀ ਹੈ। ਅਲੱਗ ਅਲੱਗ ਪਾਰਟੀਆਂ ਨੇ ਆਪਦੇ ਆਪਦੇ ਦਾਅਵਿਆਂ ਦੇ ਉੱਪਰ ਕਿੰਨਾ ਖਰਾ ਉਤਰਦੀਆਂ ਨੇ, ਇਹ ਤਾਂ ਫਿਲਹਾਲ ਵੋਟਰਾਂ ਨੇ ਡਿਸਾਈਡ ਕਰਨਾ। ਪਰ ਉਸ ਤੋਂ ਪਹਿਲਾਂ ਹੋਲਡਿੰਗ ਅਤੇ ਪੋਸਟਰ ਵਾਰ ਹੈ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਹੈ, ਉਹ ਸਾਹਮਣੇ ਲੋਕਾਂ ਦੇ ਆ ਰਹੀ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਹੋਲਡਿੰਗ ਅਤੇ ਪੋਸਟਰ ਵਾਰ ਹੈ, ਲਗਾਤਾਰ ਜਾਰੀ ਹੈ। ਤਸਵੀਰਾਂ ਵੇਖ ਲਓ, ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਖੜ੍ਹੇ ਹਾਂ। ਇੱਥੇ ਸਭ ਤੋਂ ਪਹਿਲਾਂ ਤਸਵੀਰਾਂ 'ਚ ਨਜ਼ਰ ਆ ਰਿਹਾ ਅਕਾਲੀ ਦਲ ਵੱਲੋਂ ਲੱਗਿਆ ਹੋਇਆ ਕਾਫੀ ਵੱਡਾ ਹੋਲਡਿੰਗ ਹੈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੈ ਕਿ ਹੁਣ PGI ਚੰਡੀਗੜ੍ਹ ਜਾਣ ਦੀ ਲੋੜ ਨਹੀਂ, ਸਸਤਾ ਇਲਾਜ ਏਮਜ਼ ਬਠਿੰਡਾ ਦੇ ਵਿੱਚ ਮਿਲੇਗਾ। ਭਾਵੇਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਏਮਜ਼ ਬਠਿੰਡਾ ਦਾ ਕ੍ਰੈਡਿਟ ਹੈ, ਹਰਸਿਮਰਤ ਕੌਰ ਬਾਦਲ ਨੂੰ ਜਾਂਦਾ। ਇਸ ਤਰ੍ਹਾਂ ਦੇ ਹੋਲਡਿੰਗ ਨੇ ਸੜਕਾਂ 'ਤੇ ਅਕਸਰ ਤੁਹਾਨੂੰ ਨਜ਼ਰ ਆਉਣਗੇ। ਪਰ ਦੂਸਰੇ ਪਾਸੇ ਅਕਾਲੀ ਦਲ ਦੇ ਹੋਲਡਿੰਗ ਤੋਂ ਬਾਅਦ ਕਾਂਗਰਸ ਵੀ ਪਿੱਛੇ ਰਹਿਣ ਵਾਲੀ ਨਹੀਂ ਹੈ। ਕਾਂਗਰਸ ਵੱਲੋਂ ਵੀ ਆਪਦੀਆਂ ਗਰੰਟੀਆਂ ਦਾ ਵਿਖਾਨ ਕੀਤਾ ਜਾ ਰਿਹਾ। ਕਾਂਗਰਸ ਦੀ ਗਰੰਟੀ ਦੇਸ਼ ਦੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ, ਜਿਸ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ, ਅਮਰਿੰਦਰ ਸਿੰਘ ਰਾਜਾਵੜਿੰਗ ਨਜ਼ਰ ਆ ਰਹੇ ਨੇ। ਹਾਲਾਂਕਿ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਚੋਣ ਮਾਹੌਲ ਹੈ ਅੱਗੇ ਦੇ ਨਾਲੋਂ ਗਰਮ ਹੁੰਦਾ ਨਜ਼ਰ ਆ ਰਿਹਾ। ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਆਪਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ, ਪਰ ਹਜੇ ਤੱਕ ਅਕਾਲੀ ਦਲ ਵੱਲੋਂ ਵੀ ਹਰਸਿਮਰਤ ਕੌਰ ਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਧਰਮ ਪਤਨੀ ਦੇ ਅੰਦਾਜ਼ੇ ਲਾਏ ਜਾ ਰਹੇ ਕਿ ਬਠਿੰਡਾ ਤੋਂ ਚੋਣਾਂ ਲੜਨਗੇ। ਬੇਸ਼ੱਕ ਉਮੀਦਵਾਰਾਂ ਦਾ ਚਾਈਨ ਹੋਣਾ ਹਜੇ ਬਾਕੀ ਆ, ਪਰ ਉਸ ਤੋਂ ਪਹਿਲਾਂ ਹੋਲਡਿੰਗ ਅਤੇ ਪੋਸਟਰ ਦੀ ਵਾਰ ਹੈ ਬਠਿੰਡਾ ਦੇ ਵਿੱਚ ਨਜ਼ਰ ਆ ਰਹੀ ਹੈ। ਅਲੱਗ ਅਲੱਗ ਪਾਰਟੀਆਂ ਨੇ ਆਪਦੇ ਆਪਦੇ ਦਾਅਵਿਆਂ ਦੇ ਉੱਪਰ ਕਿੰਨਾ ਖਰਾ ਉਤਰਦੀਆਂ ਨੇ, ਇਹ ਤਾਂ ਫਿਲਹਾਲ ਵੋਟਰਾਂ ਨੇ ਡਿਸਾਈਡ ਕਰਨਾ। ਪਰ ਉਸ ਤੋਂ ਪਹਿਲਾਂ ਹੋਲਡਿੰਗ ਅਤੇ ਪੋਸਟਰ ਵਾਰ ਹੈ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਹੈ, ਉਹ ਸਾਹਮਣੇ ਲੋਕਾਂ ਦੇ ਆ ਰਹੀ ਹੈ।